ਪੰਜਾਬ ਸਮੇਤ ਉੱਤਰ ਭਾਰਤ 'ਚ ਪੈ ਰਹੀ ਭਿਆਨਕ ਗਰਮੀ ਨਾਲ ਜਿੱਥੇ ਪਾਰਾ 45 ਡਿਗਰੀ ਨੂੰ ਪਾਰ ਕਰ ਚੁੱਕਿਆ ਹੈ, ਉੱਥੇ ਹੀ ਤਪਤੀ ਗਰਮੀ 'ਚ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਾਣੀ ਦੀ ਸਮੁਚਿਤ ਵਿਵਸਥਾ ਨਾ ਹੋਣ ਦੇ ਚਲਦਿਆਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ਪੰਜਾਬ ਦੇ ਸਭ ਤੋਂ ਬਿਜ਼ੀ ਰੇਲਵੇ ਸਟੇਸ਼ਨਾਂ 'ਚੋਂ ਇੱਕ ਹੈ, ਜਿੱਥੇ ਰੋਜ਼ਾਨਾ ਸੈਂਕੜੇ ਟ੍ਰੇਨਾਂ ਦਾ ਆਉਣਾ ਜਾਣਾ ਹੁੰਦਾ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਯਾਤਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਅਤੇ ਜਾਂਦੇ ਨੇ। ਇਸ ਤੋਂ ਇਲਾਵਾ ਲੁਧਿਆਣਾ ਰੇਲਵੇ ਸਟੇਸ਼ਨ ਵਪਾਰਕ ਗਤੀਵਿਧੀਆਂ ਦੇ ਤੌਰ 'ਤੇ ਵੀ ਅਹਿਮ ਹੈ, ਜਿੱਥੇ ਦੀ ਹੌਜ਼ਰੀ, ਸਾਈਕਲ ਅਤੇ ਆਟੋ ਪਾਰਟਸ ਇੰਡਸਟਰੀ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ ਅਤੇ ਇਹਨਾਂ ਦੀ ਆਵਾਜਾਈ ਵਿੱਚ ਰੇਲਵੇ ਦੀ ਮੁੱਖ ਭੂਮਿਕਾ ਹੈ। ਪਰ ਇੱਥੇ ਠੰਡਾ ਅਤੇ ਸਾਫ਼ ਪਾਣੀ ਨਾ ਮਿਲਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਦਾ ਆਰੋਪ ਹੈ ਕਿ ਰੇਲਵੇ ਸਟੇਸ਼ਨ ਤੇ ਲੱਗੀਆਂ ਟੂਟੀਆਂ 'ਚ ਜਾਂ ਤਾਂ ਪਾਣੀ ਆਉਂਦਾ ਹੀ ਨਹੀਂ, ਜਿਨ੍ਹਾਂ ਵਿੱਚ ਥੋੜਾ ਬਹੁਤ ਪਾਣੀ ਆਉਂਦਾ ਹੈ ਉਹ ਵੀ ਬਹੁਤ ਗਰਮ ਹੁੰਦਾ ਹੈ। ਇੱਥੋਂ ਤੱਕ ਕਿ ਸਟੇਸ਼ਨ 'ਚ ਕਰੀਬ 7 ਵਾਟਰ ਵੈਂਡਿੰਗ ਮਸ਼ੀਨਾਂ ਵੀ ਲੱਗੀਆਂ ਨੇ, ਪਰ ਉਹ ਵੀ ਕਾਫੀ ਹੱਦ ਤੱਕ ਖਰਾਬ ਹਨ ਅਤੇ ਯਾਤਰੀਆਂ ਨੂੰ ਠੰਡਾ ਪਾਣੀ ਨਹੀਂ ਮਿਲ ਪਾ ਰਿਹਾ। ਇਸ ਤੋਂ ਇਲਾਵਾ ਟ੍ਰੇਨਾਂ ਦੇ ਮੁਕਾਬਲੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਦੇ ਚਲਦਿਆਂ ਰਿਜ਼ਰਵਡ ਕੋਚ ਵੀ ਫੁੱਲ ਹੋ ਕੇ ਜਾ ਰਹੇ ਨੇ ਅਤੇ ਭਾਰੀ ਗਰਮੀ ਦੇ ਬਾਵਜੂਦ ਯਾਤਰੀ ਕੋਚ ਵਿੱਚ ਸਮਾਨ ਦੀ ਤਰ੍ਹਾਂ ਫਸ ਕੇ ਆਪਣੀ ਮੰਜ਼ਿਲ ਵੱਲ ਜਾਣ ਨੂੰ ਮਜਬੂਰ ਨੇ। ਪਾਣੀ ਕੇ ਲੀਏ ਯਹਾਂ ਪਾਣੀ ਕੀ ਵਿਵਸਥਾ ਤੋ ਲਗਾਈ ਗਈ ਹੈ, ਲੇਕਿਨ ਉਸਕੇ ਅੰਦਰ ਪਾਣੀ ਨਹੀਂ ਹੈ। ਇੱਕ ਲਗਾਈ ਗਈ ਹੈ, 1 ਰੁਪਏ ਡਾਲੋ ਉਸਮੇ ਬੋਤਲ ਭਰ ਜਾਤੀ ਹੈ, ਕਿ ਵਹਾਂ ਵੀ ਉਸਕੇ ਅੰਦਰ ਕੋਈ ਹੈ ਨਹੀਂ, ਠੀਕ ਹੈ ਨਾ। ਉਹ ਬਾਹਰ ਸੇ ਹੀ ਪਾਣੀ ਖਰੀਦਤੀ, ਗਰਮੀ ਹੈ, ਸਾਰਾ ਕੁਝ ਬਟ ਰਿਹਾ ਹੈ, ਤੋ ਹਮੇ ਪਾਣੀ ਵੀ ਬਾਹਰ ਸੇ ਹੀ ਖਰੀਦਣਾ ਪੜ ਰਿਹਾ ਹੈ, ਜਾਂ ਫਿਰ ਘਰ ਸੇ ਲੈ ਕੇ ਜੋ ਚਲਾ ਉਹ ਖਤਮ ਹੋ ਗਈ ਹੈ। 20-20 ਰੁਪਏ ਕੀ ਬੋਤਲ ਹਮ ਪਰਚੇਜ ਕਰ ਰਹੇ ਹੈ। ਬਿਲਕੁਲ ਬਣਤੀ ਹੈ, ਮਤਲਬ ਜੋ ਅਰੇਂਜਮੈਂਟ ਕਰੀ ਗਈ ਹੈ ਉਨਕੋ ਪ੍ਰੋਪਰ ਤਰੀਕੇ ਸੇ ਚਲਾਇਆ ਜਾਏ, ਉਸਮੇ ਪਾਣੀ ਰੱਖੀ ਜਾਏ, ਜੋ ਸੁਵਿਧਾ ਗਵਰਨਮੈਂਟ ਕੀ ਤਰਫ ਸੇ ਆ ਰਹੀ ਹੈ, ਉਨਮੇ ਮਤਲਬ ਯੇ ਹੋਣੀ ਚਾਹੀਏ ਕਿ ਜੋ ਪ੍ਰੋਪਰ ਅਰੇਂਜਮੈਂਟ ਹੈ ਉਸਮੇ ਪਾਣੀ ਹੋ, ਜੋ 1 ਰੁਪਏ ਕੀ ਸਿਸਟਮ ਬਣਾਈ ਗਈ ਹੈ ਉਸਕੇ ਅੰਦਰ ਉਹ ਡਾਲੇ ਤੋ ਕਮ ਸੇ ਕਮ ਬੰਦੇ ਇਤਨੀ ਗਰਮੀ ਮੇਂ ਪਾਣੀ ਲੈ ਕੇ ਜਾਏ। ਜਿਵੇਂ ਮੇਰਾ ਅਰਵਿੰਦਰ ਕੋਲ ਨਹੀਂ ਪਾਣੀ ਕਹਿ ਰਹੇ ਹੈ ਹੀ ਨਹੀਂ ਹੈ, ਪਾਣੀ ਬਿਨਾਂ ਤਾਂ ਤੰਗੀ ਹੈ, ਹੁਣ ਇੰਨੀ ਦੂਰ ਦਾ ਸਫ਼ਰ ਜਾਣਾ ਬੱਚੇ ਨਾਲ ਹੋਣ 'ਤੇ। ਹਾਂਜੀ ਇਹਨਾਂ ਨੇ ਤਾਂ ਕੰਮ ਵਧੀਆ ਕੀਤਾ, ਸਗੋਂ ਵਧੀਆ ਹੈ ਕੰਮ 'ਤੇ ਪਾਣੀ, ਪਰ ਪਾਣੀ ਮਿਲਣਾ ਤਾਂ ਚਾਹੀਦਾ ਨਾ, ਇਹਨਾਂ ਦੇ ਮਸ਼ੀਨਾਂ 'ਚ ਪਾਣੀ ਵੀ ਜਲਦੀ ਖਤਮ ਹੋ ਜਾਂਦਾ, ਇਹਨਾਂ ਜਗ੍ਹਾ 'ਤੇ ਪਾਣੀ ਦਾ ਅਰੇਂਜਮੈਂਟ ਜ਼ਿਆਦਾ ਹੋਣਾ ਚਾਹੀਦਾ। ਇਹੀ ਕਹਿਣਾ ਚਾਹਾਂਗੇ ਕਿ ਜੋ ਚਾਹੀਦੀ ਹੁੰਦੀ ਜ਼ਿਆਦਾ ਜ਼ਰੂਰੀ ਚੀਜ਼ ਪਾਣੀ ਪੂਣੀ ਦਾ, ਇਹਦਾ ਇੰਤਜ਼ਾਮ ਇਹਨਾਂ ਚੀਜ਼ਾਂ 'ਤੇ ਗਰਮੀਆਂ 'ਚ ਜ਼ਿਆਦਾ ਹੋਣਾ ਚਾਹੀਦਾ। ਪੂਰੇ 7 ਹੈ ਜੀ। ਕਿੱਦਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੀ, ਦੇਖਿਆ ਜਾ ਰਿਹਾ ਇੱਥੇ ਕਿ ਮਸ਼ੀਨਾਂ ਕੁਝ ਖਰਾਬ ਵੀ ਨੇ। ਪਰੇਸ਼ਾਨੀ ਇਹ ਲਾਈਟ ਕਈ ਵਾਰ ਹੁੰਦੀ ਹੈ, ਕਈ ਵਾਰ ਨਹੀਂ ਵੀ ਹੁੰਦੀ, ਕਈ ਵਾਰ ਪਾਣੀ ਆ ਜਾਂਦਾ, ਕਈ ਵਾਰ ਨਹੀਂ ਵੀ ਹੁੰਦਾ ਸਟੇਸ਼ਨ ਦੇ, ਅਤੇ ਕਈ ਵਾਰ ਅਗਰ ਆਉਂਦਾ ਵਾ ਤਾਂ ਮਗਰੋਂ ਟੈਂਪਰੇਚਰ ਇੰਨਾ ਜ਼ਿਆਦਾ ਹੁੰਦਾ, ਸਾਡੀ ਮਸ਼ੀਨ ਦਾ ਪਾਣੀ ਵੀ ਠੰਡਾ ਨਹੀਂ ਹੁੰਦਾ, ਨੋਰਮਲੀ ਨਿਕਲਦਾ। ਪਰ ਤੁਸੀਂ ਕਿੰਨੇ ਦੀ ਬੋਤਲ ਦਿੰਦੇ ਹੋ? 8 ਰੁਪਏ ਪਾਣੀ ਭਰ ਕੇ, ਲੀਟਰ ਦੀ ਟੈਂਕੀ ਲਿਮਿਟ ਕੋ ਵੈਸੇ ਵੇਚਣ ਦੀ ਵੇਚਣੀ ਦਾ ਕੁਛ ਕਹਿਣਾ, ਟੈਂਕੀ ਹੈਗੀ ਇੱਥੇ 250 ਲੀਟਰ ਦੀ, ਬਸ ਇਹਦਾ ਕੋਈ ਆਈਡੀਆ ਨਹੀਂ ਲਾ ਲਓ, 4-5 ਵਾਰੀ ਲਾ ਲਓ ਦਿਹਾੜੀ 'ਚ, 4-5 ਵਾਰੀ ਲੋਕਾਂ ਨੂੰ ਵੀ, ਸਾਨੂੰ ਦੋਨਾਂ ਨੂੰ ਹੁੰਦੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।